ਗਰਮੀ ਦਾ ਕਹਿਰ ਉਪਰੋਂ ਪਾਣੀ ਦੀ ਕਿੱਲਤ ਜਿਸ ਕਾਰਨ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ ਤੇ ਲੋਕ ਪਹੁੰਚ ਗਏ ਜਲ ਬੋਰਡ ਦੇ ਦਫ਼ਤਰ ਤੇ ਕੀਤੀ ਬੁਰੀ ਤਰ੍ਹਾਂ ਭੰਨਤੋੜ। ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਤੋਂ। ਜੀ ਹਾਂ, ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਛਤਰਪੁਰ ਦੇ ਵਿੱਚ ਜਲ ਬੋਰਡ ਦਫ਼ਤਰ ਤੇ ਘੜੇ ਤੋੜ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ 'ਚ ਸ਼ਾਮਿਲ ਨਾਰਾਜ਼ ਔਰਤਾਂ ਨੇ ਦਿੱਲੀ ਜਲ ਬੋਰਡ ਦੇ ਦਫ਼ਤਰ ਤੇ ਪੱਥਰਬਾਜ਼ੀ ਕੀਤੀ ਹੈ। ਜਲ ਬੋਰਡ ਦਫ਼ਤਰ ਦੇ ਇਸ ਦੌਰਾਨ ਸ਼ੀਸ਼ੇ ਟੁੱਟ ਗਏ। ਔਰਤਾਂ ਦੇ ਵਿੱਚ ਇੰਨਾ ਗੁੱਸਾ ਸੀ ਕਿ ਪਹਿਲਾਂ ਉਹਨਾਂ ਨੇ ਦਿੱਲੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਉਸ ਤੋਂ ਬਾਅਦ ਘੜਿਆਂ ਦੀ ਬਰਸਾਤ ਜਲ ਬੋਰਡ ਦਫ਼ਤਰ ਤੇ ਕਰ ਦਿੱਤੀ, ਜਿਸ ਕਾਰਨ ਜਲ ਬੋਰਡ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ ਤੇ ਹਰ ਪਾਸੇ ਕੱਚ ਹੀ ਕੱਚ ਵੇਖਣ ਨੂੰ ਮਿਲੇ। ਦੱਸਣਾ ਬਣਦਾ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਕਾਰਨ ਹਾਲਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ। ਕਈ ਇਲਾਕਿਆਂ ਦੇ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਪਾਣੀ ਦੀ ਕਿੱਲਤ ਨੂੰ ਲੈ ਕੇ 14 ਥਾਵਾਂ ਤੇ ਹੁਣ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਛਤਰਪੁਰ ਤੋਂ, ਜਿੱਥੇ ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਤੇ ਜਲ ਬੋਰਡ ਦਫ਼ਤਰ ਦੇ ਉੱਤੇ ਘੜੇ ਭੰਨੇ ਨੇ। ਇਸ ਮੌਕੇ ਪ੍ਰਦਰਸ਼ਨ ਵਾਲੀ ਥਾਂ ਤੇ ਦਿੱਲੀ ਪੁਲਿਸ ਵੀ ਨਜ਼ਰ ਆਈ। ਹਾਲਾਂਕਿ ਦਿੱਲੀ ਪੁਲਿਸ ਵੱਲੋਂ ਭੀੜ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਗੁੱਸੇ ਵਿੱਚ ਆਏ ਲੋਕਾਂ ਨੇ ਜੰਮ ਕੇ ਘੜਿਆਂ ਦੀ ਬਰਸਾਤ ਜਲ ਬੋਰਡ ਦਫ਼ਤਰ ਤੇ ਕੀਤੀ ਹੈ।